ਅੰਮ੍ਰਿਤਸਰ ਵੀਰ ਬੁਲਾਰਿਆਂ ਨੇ ਆਖਿਆ ਕਿ ਅਕਾਲੀਆਂ ਦਾ ਸੱਚ ਹੁਣ ਲੋਕਾਂ ਦੇ ਸਾਹਮਣੇ ਆ ਰਿਹਾ ਹੈ। ਅੰਮ੍ਰਿਤਸਰ ਰੇਲ ਹਾਦਸੇ ਤੇ ਅਕਾਲੀ ਦਲ ਵੱਲੋਂ ਸਿਆਸਤ ਕੀਤੀ ਜਾ ਰਹੀ ਹੈ। ਉਹਨਾਂ ਆਖਿਆ ਕਿ ਅਕਾਲੀ ਦਲ ਦਾ ਪਤਨ ਨੇੜੇ ਹੈ। ਇਸ ਦੇ ਨਾਲ ਹੀ ਉਹਨਾਂ ਆਖਿਆ ਕਿ ਪੀੜਤਾਂ ਦੀ ਸਹਾਇਤਾ ਲਈ ਕੈਪਟਨ ਸਰਕਾਰ ਨੇ ਕੋਈ ਕਮੀ ਨਹੀਂ ਛੱਡੀ ਹੈ। ਅਕਾਲੀ ਦਲ ਔਰ ਭਾਜਪਾ ਸਿਆਸਤ ਕਰ ਰਹੇ ਨੇ ਟ੍ਰੇਨ ਮਸਲੇ ਦੇ, ਜਿਹੜਾ ਹਾਦਸਾ ਹੋਇਆ ਉਸ ਮਸਲੇ ਦੇ ਉੱਤੇ ਜਿਹੜੀ ਹੈ ਸਿਆਸਤ ਕਰ ਰਹੇ ਆ। ਅਸੀਂ ਉਸ ਸਿਆਸਤ ਉੱਤੋਂ ਪਰਦਾ ਹਟਾਇਆ ਔਰ ਪੰਜਾਬ ਦੀ ਜਨਤਾ ਨੂੰ ਜਾਣੂ ਕਰਵਾਇਆ ਕਿ ਕਿਸ ਤਰੀਕੇ ਇਹ ਸਿਆਸਤ ਕਰ ਰਹੇ ਨੇ, ਇਹਨਾਂ ਨੂੰ ਨੰਗਾ ਕੀਤਾ ਔਰ ਪੰਜਾਬ ਦੀ ਜਨਤਾ ਅੱਗੇ ਸਪਸ਼ਟ ਰੂਪ ਦੇ ਵਿੱਚ ਇਹਨਾਂ ਦਾ ਚਿਹਰਾ ਜਿਹੜਾ ਬੇਨਕਾਬ ਕੀਤਾ।